ਅਸਲਾਮ ਅਲੈਕੁਮ। ਹਾਂਜੀ ਵੀਰੋ, ਸੱਜਣੋ, ਮਿੱਤਰੋ, ਕੀ ਹਾਲ ਹੈ? ਠੀਕ ਹੋ? ਉਮੀਦ ਕਰਨਾ ਖੈਰ ਖਰੀਦ ਨਾ ਹੋਵੇ ਅਤੇ ਅਲਹਮਦੁਲਿਲਾ ਅਸੀਂ ਵੀ ਠੀਕ ਹਾਂ। ਅਤੇ ਮੈਂ ਅੱਜ ਪਹੁੰਚ ਗਿਆ ਮੀਆਂ ਮੁਸੱਦਕ ਸੀਰ ਫਾਰਮ 'ਤੇ, ਅਤੇ ਮੇਰੇ ਸਾਹਮਣੇ ਉਸਤਾਦ ਮੁਸੱਦਕ ਬੈਠੇ ਹੋਏ ਨੇ, ਅਤੇ ਇਹ ਵੀ ਮਾਸ਼ਾਅੱਲਾ ਬੜੇ ਵੱਡੇ ਉਸਤਾਦ ਨੇ, ਉਸਤਾਦ ਯੂਨਸ। ਅਤੇ ਮੀਆਂ ਸਾਹਿਬ ਨੂੰ ਪੁੱਛਾਂਗੇ ਅਸੀਂ ਹੁਣ, ਉਸਤਾਦ ਦੇ ਬਾਰੇ ਸਾਨੂੰ ਤਾਰਫ ਕਰਾਓ, ਅਤੇ ਇਹ ਮੁਰਗੇ ਦੀ ਸਾਨੂੰ ਜ਼ਰਾ ਬਰੀਡ ਦੀ ਡਿਟੇਲ ਦੱਸੋ ਕੀ ਹੈ। ਹਾਂਜੀ ਮੀਆਂ ਸਾਹਿਬ। ਭਾਈ ਯਾਸਰ, ਹੋਰ ਠੀਕ ਠਾਕ ਜੇ? ਤੁਸੀਂ ਸਾਰੀ ਖੈਰ ਮੇਰੇ ਭਾਈ ਯਾਸਰ। ਇਹਨੇ ਉਸਤਾਦ ਯੂਨਸ ਵਿਰਕ, ਅੱਛਾ ਜੀ, 440 ਫੈਦ ਬੋਟ ਇਹਨਾਂ ਦੀ ਰਹਿਸ਼ ਹੈ। ਅੱਛਾ ਜੀ। ਇਹ ਉਹ ਬੰਦਾ ਹੈ ਕਿ ਜਿਹਨੇ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਨਹੀਂ ਬਣਾਇਆ, ਸਿਰਫ ਆਪਣੀ ਜ਼ਿੰਦਗੀ 'ਚ ਮੁਰਗਬਾਜ਼ੀ ਕੀਤੀ। ਅੱਛਾ ਜੀ। ਇਹਦੀ 60 ਸਾਲ ਤੋਂ ਉੱਤੇ ਉਮਰ ਹੋ ਗਈ ਹੈ, ਅਤੇ 60 ਸਾਲ ਜਦੋਂ ਦੀ ਇਹਨੇ ਹੋਸ਼ ਸੰਭਾਲੀ ਹੈ ਨਾ, ਇਹਨੇ ਮੁਰਗਬਾਜ਼ੀ ਕੀਤੀ, ਜਿਹਦੇ 'ਚੋਂ 30-35 ਸਾਲ ਉਸਤਾਦ ਸ਼ੇਰੇ ਪਰਮਾਣੇ ਕੋਲ ਰਿਹਾ, ਅਤੇ ਹੁਣ 8-9 ਮਹੀਨੇ ਹੋ ਗਏ ਨੇ ਇੱਥੇ ਆਪਣੇ ਪਿੰਡ ਵਾਪਸ ਆ ਗਿਆ, ਅਤੇ ਇੱਥੇ ਮੇਰਾ ਤਾਂ ਇਹਦਾ ਰਲ ਕੇ ਸ਼ੌਕ ਹੈ। ਠੀਕ ਹੈ। ਅਤੇ ਇਹ ਉਹ ਬੰਦਾ ਹੈ ਕਿ ਜਿਹਨੇ ਆਪਣੀ ਜ਼ਿੰਦਗੀ 'ਚ ਕੁਛ ਵੀ ਨਹੀਂ ਬਣਾਇਆ, ਸਿਰਫ ਮੁਰਗਬਾਜ਼ੀ ਦੇ ਪਿੱਛੇ ਮੁਰਗਬਾਜ਼ੀ ਇਹਨੇ ਕੀਤੀ। ਅਤੇ ਅਸੀਂ ਉਸਤਾਦ ਜੀ ਉਸਤਾਦ ਨੂੰ ਪੁੱਛਾਂਗੇ ਕਿ ਉਸਤਾਦ ਜੀ, ਤੁਸੀਂ ਆਪਣਾ ਉਸਤਾਦ ਸ਼ੇਰੇ ਕੋਲ ਰਹੇ ਜੇ, ਅਤੇ ਉਸਤਾਦ ਸ਼ੇਰੇ ਦੇ ਕਿਹੜੇ ਕਿਹੜੇ ਮਸ਼ਹੂਰ ਕੁੱਕੜ ਜਿਹੜੇ ਤੁਸੀਂ ਲੜਾਏ ਆਪਣੇ ਹੱਥਾਂ ਨਾਲ ਅਤੇ ਚੰਗੇ ਲੜੇ? ਹਾਂਜੀ ਉਸਤਾਦ ਜੀ ਦੱਸੋ। ਖੱਸੀਆਂ ਦੇ ਉਸਤਾਦ ਵਾਲੇ ਖੱਸੀ ਜਿਹੜੇ ਬੜੇ ਮਸ਼ਹੂਰ, ਜਾਂ ਉਸਤਾਦ ਵਾਲੇ ਸਰਗਿਆ, ਬਿਲਕੁਲ ਸਰਗੇ ਤਾਂ ਮੈਂ ਆਪ ਵੀ ਲੜਦੇ ਵੇਖੇ ਨੇ। ਸਰਗਾ ਇੱਕ ਖੱਸੀ ਲੜਦਾ ਰਿਹਾ ਉਸਤਾਦ ਦਾ, ਉਹ ਸਾਡਾ ਦੋਸਤ ਹੈ, ਉਹ ਲੜਾਉਂਦਾ ਰਿਹਾ, ਅੱਲਾ ਦਿੱਤਾ ਗਿੱਲ, ਚੰਗਾ ਕੁੱਕੜ ਲੜਦਾ ਰਿਹਾ। ਹੁਣ ਉਸਤਾਦ ਜੀ ਅਸੀਂ ਤੁਹਾਨੂੰ ਭਾਈ ਯਾਸਰ, ਆਪਣਾ ਆਹ ਸਾਡਾ ਮੇਰੇ ਘਰ ਦਾ ਪਰਿੰਦਾ ਠਿਕਰਾ, ਮਾਸ਼ਾਅੱਲਾ, ਇਹ ਠਿਕਰਾ ਬਲੱਡ ਲਾਈਨ ਹੈ, ਇਹਦਾ ਮੈਂ ਤੁਹਾਨੂੰ ਸ਼ੋਅ ਕਰਵਾਉਣਾ। ਇਹ ਮੁਰਗਾ ਲੜਿਆ ਕੋਈ ਨਹੀਂ ਬਾਜ਼ੀ, ਇੱਕ ਬਾਜ਼ੀ ਮਿੱਥਿਆ ਸੀ ਸਿਆਲਕੋਟ, ਅਤੇ ਇਹਦੀ ਚੌਥਾਈ ਆ ਗਈ ਸੀ। ਅੱਛਾ ਜੀ। ਫਿਰ ਉਸ ਤੋਂ ਬਾਅਦ ਸਾਡਾ ਬਰਡ ਚੰਗਾ ਸੀ, ਇਹਦਾ ਜਿਹੜਾ ਜਿਹੜੇ ਵੀ ਇਹਦੀ ਬਰੀਡ ਹੋਏਗੀ, ਕਿਉਂਕਿ ਅਸੀਂ ਫਾਈਟ ਕਰਵਾਉਂਦੇ ਹਾਂ, ਪੀੜਾਂ 'ਚ ਜਾਂਦੇ ਹਾਂ, ਅਤੇ ਅਸੀਂ ਇਹਦੇ ਬੱਚੇ ਲੜਾਏ ਵੀ ਨੇ, ਹਾਰ ਜਿੱਤ ਬਣੀ ਹੈ, ਬਾਕੀ ਇਹਦਾ ਬਹੁਤ ਚੰਗਾ ਰਿਜ਼ਲਟ। ਠੀਕ ਹੈ, ਜਿੰਨਾ ਝੂਠ ਮਾਰ ਲਓ। ਇਹਦਾ ਭਰਾ ਇੱਕ ਹੋਇਆ ਕਾਲੇ ਕਿੱਲਾਂ ਵਾਲਾ, ਬੜਾ ਮਸ਼ਹੂਰ, 5 ਕੁਸ਼ਤੀਆਂ ਵਧਿਆ ਸੀ। ਠੀਕ ਹੈ। ਅਤੇ ਇਹਦੇ ਪੈਰਾਂ 'ਤੇ ਥੋੜ੍ਹੀ ਥੋੜ੍ਹੀ ਆਬਾਦ ਸੀ, ਜਿਹਦੀ ਵਜ੍ਹਾ ਤੋਂ ਇਹਦਾ ਮੂੰਹ ਵੀ ਅੱਗੋਂ ਵਿੰਗਾ ਹੋ ਗਿਆ ਸੀ, ਇਹਨੂੰ ਬਰੀਡਰ ਕਰ ਲਿਆ। ਅੱਛਾ ਜੀ। ਠੀਕ ਹੈ। ਇਹ ਸਾਡੀ ਬੜੀ ਚੰਗੀ ਬਲੱਡ ਲਾਈਨ ਹੈ, ਅਗਾਂ ਹੁਣ ਇਸ ਦਫ਼ਾ ਇਹਦਾ ਪੱਠਾ ਸੀ ਸਾਡੇ ਕੋਲ ਇੱਕ। ਇਹਦਾ ਨਾਂ ਕੀ ਰੱਖਿਆ ਹੈ? ਇਹਦਾ ਨਾਂ ਜੀ ਠਿਕਰਾ। ਠਿਕਰਾ, ਹਾਂ, ਠਿਕਰਾ ਜੀ ਇਹਦਾ ਨਾਂ। ਅਤੇ ਅਲਹਮਦੁਲਿਲਾ ਜੀ, ਮੇਰਾ ਆਪਣਾ ਜ਼ਾਤੀ ਸ਼ੌਕ, 15 ਸਾਲ ਤੋਂ ਮੈਨੂੰ ਸ਼ੌਕ ਹੈ। ਠੀਕ ਹੈ। ਉਦੋਂ ਮੈਂ 10ਵੀਂ ਦੇ ਸਟੂਡੈਂਟ ਸਨ ਜਦੋਂ ਦਾ ਮੈਨੂੰ ਸ਼ੌਕ ਅਸੀਲਾਂ ਦਾ ਸ਼ੌਕ ਹੈ। ਅਸੀਲਾਂ ਦਾ ਹੀ ਸ਼ੌਕ ਹੈ ਸ਼ੁਰੂ, ਬੜੇ ਧੱਕੇ ਖਾਧੇ ਨੇ ਜੀ, ਅਤੇ ਹੁਣ ਆ ਕੇ ਕੋਈ ਮੁਰਗੇ ਬਣੇ ਨੇ। ਇਹ ਵੀ ਸਾਧ ਹਰੀ ਆਏ ਨੇ ਸਾਡੇ ਕੋਲ, ਅਤੇ ਜਿਹੜਾ ਨਾ ਸਾਡਾ ਸ਼ੌਕ ਕੋਈ ਸਿੱਧਾ ਪੱਧਰਾ ਹੋਇਆ, ਹੁਣ ਮਾਸ਼ਾਅੱਲਾ ਸਾਡੇ ਮੁਰਗੇ ਬਿਲਕੁਲ ਠੀਕ ਨੇ। ਤੁਸੀਂ ਵੇਖੋ
ਆਪ ਤੁਸੀਂ ਸ਼ੌਕ ਕਰੋ, ਸਾਡੇ ਬੇਲੀਆਂ ਨੂੰ ਭਰਾਵਾਂ ਨੂੰ ਕਰਾਓ। ਨਲੀਆਂ ਦਾ ਸ਼ੌਕ ਕਰਾਓ ਜੀ, ਉੱਪਰ ਦੇ ਚਿਹਰੇ ਦਾ ਸ਼ੌਕ ਕਰਾਓ, ਨਲੀਆਂ ਵਹਾਓ ਜੀ, ਅਤੇ ਪੱਲਿਆਂ ਦਾ ਸ਼ੌਕ ਕਰੋ ਕੁੱਕੜ ਦੇ। ਹੁਣ ਤੁਹਾਨੂੰ ਛੱਡ ਕੇ ਵਹਾਉਣੇ ਆ, ਸਾਜ ਇੱਧਰ ਆ ਜਾਓ। ਲਓ ਜੀ ਸੱਜਣਾਂ ਤੇ ਵੀਰੋ, ਇਹ ਅਸੀਂ ਉਸਤਾਦ ਦਾ ਅੱਜ ਪਹਿਲਾ ਬਰੀਡਰ ਹੈ, ਅਤੇ ਇਨਸ਼ਾਅੱਲਾ ਤੁਹਾਨੂੰ ਨੈਕਸਟ ਟਾਈਮ ਡੇਲੀ ਦਾ ਬਰੀਡਰ ਦਿਖਾਈ ਜਾਵਾਂਗੇ। ਅਤੇ ਵੀਡੀਓ ਪਸੰਦ ਆਵੇ ਲਾਈਕ ਕਰੋ, ਕਮੈਂਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਅਤੇ ਅੱਲਾਹ।